ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਦ ਦੇ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਅੱਜ ਅਹਿਮ ਸੁਣਵਾਈ ਤਾਂ ਦੋਸਤੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਅੱਜ ਮਾਨਸਾ ਦੀ सीजीएम अदालत ਵਿੱਚ ਅਹਿਮ ਸੁਣਵਾਈ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਅੱਜ ਅਦਾਲਤ ਨੇ ਇਹ ਕਤਲ ਕਿਸ ਦੇ ਸਾਰੇ ਮਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਤੇ ਇਸੇ ਤਰ੍ਹਾਂ ਮੂਸੇਵਾਲਾ ਦੀ ਮਾਤਾ ਚਰਨਕੌਰ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਪੁੱਛਿਆ ਹੈ ਕਿ ਕੀ ਸਾਰੇ ਮਲਜ਼ਮਾਂ 28ਵੀਂ ਪੇਚੀ ਤੇ ਅਦਾਲਤ ਵਿੱਚ ਪੇਸ਼ ਹੋਣਗੇ ਅਗਲੀ ਖਬਰ ਹੈ ਸਾਵਧਾਨ ਪੰਜਾਬ ਦੇ ਵਿੱਚ ਸਾਰੀਆਂ ਗੱਡੀਆਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲਾਜ਼ਮੀ 1 ਜੁਲਾਈ ਤੋਂ ਲੱਗੇਗਾ ਇਹਨਾਂ ਜੁਰਮਾਨਾ ਜਿਵੇਂ ਦੋਸਤੋ ਪੰਜਾਬ ਦੇ ਲੋਕਾਂ ਨੂੰ 3 ਦਿਨਾਂ ਦੇ ਵਿੱਚ ਆਪਣੇ ਵਾਹਨਾਂ ਤੇ ਹਾਈ ਸਕਿਉਰਿਟੀ ਅਰ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਲਗਾਉਣੀਆਂ ਪੈਣਗੀਆਂ ਨਹੀਂ ਤਾਂ 1 ਜੁਲਾਈ ਤੋਂ ਉਹਨਾਂ ਨੂੰ ਵੱਡੇ ਚਲਾਨ ਭੁਗਤਨੇ ਪੈਣਗੇ ਪੰਜਾਬ ਟ੍ਰਾਂਸਪੋਰਟ ਵਿਭਾਗ ਤੇ ਪੁਲਿਸ ਨੇ ਇਸ ਦੇ ਲਈ ਤਿਆਰੀਆਂ ਕਰ ਲਈਆਂ ਹਨ ਤੇ ਲੋਕਾਂ ਨੂੰ 30 ਜੂਨ ਤੱਕ ਨੰਬਰ ਪਲੇਟਾਂ ਲਗਵਾਉਣ ਦੇ ਹਦਾਇਤ ਕੀਤੀ ਗਿਆ ਇਸ ਤੋਂ ਬਾਅਦ ਮੋਟਰ ਵਹੀਕਲ ਐਕਟ 1988 ਦੇ ਤਾਰਾ 170 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਜੇਕਰ ਅਜਿਹਾ ਪਹਿਲੀ ਵਾਰ ਫੜੇ ਜਾਂਤੇ 2000 ਰੁਪਏ ਜੁਰਮਾਨਾ ਲੱਗੇਗਾ ਜਦ ਕਿ ਉਸ ਤੋਂ ਬਾਅਦ ਫੜੇ ਜਾਂਤੇ 3000 ਰੁਪਏ ਦਾ ਵੱਡਾ ਜੁਰਮਾਨਾ ਲਗਾਇਆ ਜਾਵੇਗਾ ਉੱਤੇ ਬਾਹਰ ਨੂੰ ਬਲੈਕਲਿਸਟ ਵਿੱਚ ਪਾ ਦਿੱਤਾ ਜਾਵੇਗਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹ ਘੰਟਾ ਵਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ notifications ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮੂੰਗੀ ਦਾ ਕਟਾ ਪੂਰਾ ਨਹੀਂ ਕਰੇਗੀ ਸਰਕਾਰ 1000 ਰੁਪਏ ਖਾਸ ਮੁਆਵਜ਼ਾ ਦੇਣ ਤੋਂ ਵੀ ਸਾਫ਼ ਇਨਕਾਰ ਤਾਂ ਦੋਸਤੋ ਪੰਜਾਬ ਦੇ ਵਿੱਚ ਮੂੰਗੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਲਈ ਬੁਰੀ ਖਬਰ ਹੈ ਮਾਰਕੀਟ ਦੇ ਵਿੱਚ ਐਮ ਐਸ ਪੀ ਤੇ ਦਾਲ ਨਾ ਵੇਚਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਪਿਛਲੇ ਸਾਲਾਂ ਬੰਗ 1000 ਰੁਪਏ ਪ੍ਰਤੀ ਕੁਇੰਟਾਲ ਮੁਆਵਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘਾ ਖੋਟਗਾ ਨੇ ਸਾਫ ਕਿਹਾ ਹੈ ਕਿ ਇਸ ਸਾਲ 1000 ਰੁਪਏ ਮੁਆਵਜ਼ਾ ਦੇਣ ਵਰਗਾ ਕੋਈ ਵੀ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਚਰਚਾ ਤੱਕ ਨਹੀਂ ਕੀਤੀ ਜਾ ਰਹੀ ਹੈ ਅਗਲੀ ਖਬਰ ਹੈ ਕੈਨੇਡਾ ਜਾਣ ਵਾਲਿਆਂ ਦੇ ਲਈ ਖੁਸ਼ਖਬਰੀ ਟਰੂਡੋ ਸਰਕਾਰ ਨੇ ਐਚ1ਬੀ ਵੀਜ਼ਾ ਧਾਰਕਾਂ ਦੇ ਲਈ ਕੀਤਾ ਵੱਡਾ ਐਲਾਨ ਕੈਨੇਡਾ ਸਰਕਾਰ ਨੇ ਅਮਰੀਕੀ H1B ਵੀਜ਼ਾ ਧਾਰਕਾਂ ਦੇ ਲਈ ਵੱਡਾ ਐਲਾਨ ਕੀਤਾ ਜਿਸ ਦਾ ਫਾਇਦਾ ਉਹਨਾਂ ਦੇ ਨਾਲ ਆਏ ਪਰਿਵਾਰ ਵਾਲਿਆਂ ਨੂੰ ਵੀ ਹੋਵੇਗਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨਾ ਪ੍ਰੇਜ਼ਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਸਰਕਾਰ 10000 ਅਮਰੀਕੀ H1B ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਆਉਣ ਅਤੇ ਕੰਮ ਕਰਨ ਦੀ ਆਗਿਆ ਦੇਣ ਦੇ ਲਈ ਇੱਕ ਓਪਨ ਵਰਕ ਪਰਮਿਟ ਸਟਰੀਮ ਬਣਾਵੇਗੀ ਇਹ ਇੱਕ ਨਵਾਂ ਵਰਕ ਪਰਮਿਟ ਹੋਵੇਗਾ ਜੋ ਕਿ ਕੈਨੇਡੀਅਨ ਸਰਕਾਰ ਅਮਰੀਕਾ ਦੇ ਵਿੱਚ ਐਚ1ਬੀ ਵੀਜ਼ਾ ਧਾਰਕਾਂ ਨੂੰ ਪ੍ਰਦਾਨ ਕਰੇਗੀ। ਅਗਲੀ ਖਬਰ ਆ ਪੰਜਾਬ ਦੇ ਵਿੱਚ ਫਿਰ ਤੋਂ ਹੋਈ ਗੋਲਾਬਾਰੀ ਪੂਰੇ ਇਲਾਕੇ ਦੇ ਵਿੱਚ ਅਨਸ਼ਦ ਦਾ ਮਾਹੌਲ। ਤਾਂ ਦੋਸਤੋ ਗੁਰਦਾਸਪੁਰ ਦੇ ਪਿੰਡ ਆਲੇ ਚੱਕ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਔਰਤ ਨੇ ਗੋਲੀਆਂ ਚਲਾ ਦਿੱਤੀਆਂ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਅਨਸ਼ਦ ਦਾ ਮਾਹੌਲ ਬਣ ਗਿਆ ਹੈ। ਜਾਣਕਾਰ ਦੇ ਅਨੁਸਾਰ 9 ਨਾਲ 7 ਮਰਲੇ ਜ਼ਮੀਨ ਨੂੰ ਲੈ ਕੇ ਦੋ ਧੜਿਆਂ ਨੇ ਵਿਚਾਲੇ ਪਹਿਲਾਂ ਹੀ ਅਦਾਲਤ ਵਿੱਚ ਵਿਵਾਦ ਚੱਲ ਰਿਹਾ ਹੈ ਪਰ ਅਚਾਨਕ ਦੋ ਗੁੱਟਾਂ ਦੇ ਵਿੱਚ ਝਗੜਾ ਹੋ ਗਿਆ ਤੇ ਮਾਮਲਾ ਇੰਨਾ ਵੱਧ ਗਿਆ ਕਿ ਔਰਤ ਨੇ ਗੋਲੀਆਂ ਚਲਾ ਦਿੱਤੀਆਂ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ-ਉੱਧਰ ਭੱਜਣ ਲੱਗੇ ਹਾਲਾਂਕਿ ਇਸ ਘਟਨਾ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਫਿਲਹਾਲ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੇ ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਗਲੀ ਖਬਰ ਹੈ ਕਿ ਫਿਰ ਤੋਂ ਕਟਣਗੇ ਪੈਟਰੋਲ ਦੇ ਰੇਟ ਹੈ ਜਾਨੋ ਤੇਲ ਦੀ ਕੀਮਤ ਹੈ ਕੀ ਬੋਲੇ ਪੀਐਮ મોદી ਪੀਐਮ મોદી ਨੇ ਕਿਹਾ ਹੈ ਕਿ ਮੈਂ ਦੇਖਦੇ ਜਨਤਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਵਿਰੋਧੀ ਪਾਰਟੀਆਂ ਉਹਨਾਂ ਦੇ ਜੇਬ ਤੇ ਰੋਕ ਕਲਗਾਰੀਆਂ ਨ ਕੇਂਦਰ ਸਰਕਾਰ ਦੇ ਵੱਲੋਂ ਦੇਖਦੇ ਲੋਕਾਂ ਨੂੰ ਰਾਹਤ ਦਿੱਤੀ ਗਈ ਪਿਛਲੇ 1 ਸਾਲ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੱਕ ਹੀ ਪੱਧਰ ਤੇ ਬਣੀਆਂ ਹੋਈਆਂ ਹਨ ਤੇ ਪਿਛਲੀ ਵਾਰ ਸਰਕਾਰ ਨੇ 22 ਮਈ 2023 ਨੂੰ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਤੇ ਐਕਸਾਈਜ਼ ਡਿਊਟੀ ਘਟਾ ਕੇ ਰਾਹਤ ਦਿੱਤੀ ਸੀ। ਕੁੱਝ ਰਾਜਾਂ ਵਿੱਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਤੋਂ ਹੇਠਾਂ ਚੱਲ ਰਹੀਆਂ ਹਨ ਤੇ ਕੁੱਝ ਵਿੱਚ 100 ਰੁਪਏ ਤੋਂ ਉੱਪਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਪਲ ਦੌਰੇ ਦੇ ਦੌਰਾਨ ਪੈਟਰੋਲ ਦੀ ਕੀਮਤ ਤੇ ਖੁੱਲ ਕੇ ਗੱਲਬਾਤ ਕੀਤੀ ਐਸ ਤੋਂ ਬਾਅਦ ਪੈਟਰੋਲ ਦੀ ਕੀਮਤ ਘਟ ਹੋਣ ਦੀ ਉਮੀਦ ਜਿताई ਜਾ ਰਹੀ ਹੈ। ਉਹਨਾਂ ਨੇ ਪੈਟਰੋਲ ਦੀ ਕੀਮਤ ਤੇ ਰਾਜਨੀਤੀ ਕਰਨ ਦਲੇ ਵਿਰੋਧੀ ਪਾਰਟੀਆਂ ਦੇ ਅਲੋਚਨਾ ਕੀਤੀ 1 ਜੁਲਾਈ ਤੋਂ ਬਦਲ ਜਾਣਗੇ ਇਹ ਪੰਜ ਨਜਮਾ ਤੁਹਾਡੀ ਜੇਬ ਤੇ ਵੀ ਹੋਵੇਗਾ ਅਸਰ ਜੀ ਹਾਂ ਦੋਸਤੋ 1 ਜੁਲਾਈ 2023 ਤੋਂ ਕਈ ਨਜਮਾ ਬਦਲਣ ਜਾ ਰਹੇ ਹਨ ਜਿਹਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪੈ ਸਕਦਾ ਬੈਂਕ ਕਾਡ ਟਰੈਪ ਕਾਰ ਟੈਕਸ ਪ੍ਰਣਾਲੀ ਤੋਂ ਇਲਾਵਾ ਕਾਨੂੰਨ ਦੇ ਨਾਲ ਜੁੜੇ ਕੁਝ ਮਾਮਲਿਆਂ ਦੇ ਵਿੱਚ 1 ਜੁਲਾਈ 2023 ਤੋਂ ਨਵੇਂ ਨਜਮ ਲਾਗੂ ਹੋਣ ਜਾ ਰਹੇ ਹਨ ਇਥੇ ਅਸੀਂ ਤੁਹਾਨੂੰ ਇਹਨਾਂ ਨਵੇਂ ਨਿਯਮਾਂ ਦੇ ਬਾਰੇ ਵਿੱਚ ਜਾਣ ਦੱਸਣ ਜਾ ਰਹੇ ਹਾਂ 1 ਜੁਲਾਈ ਤੋਂ ਮਹਿੰਗੇ ਹੋਣਗੇ ਜੁੱਤੇ ਚੱਪਲਾਂ ਹੁਣ ਦੇਸ਼ ਵਿੱਚ ਘਟਿਆ ਕੁਆਲਿਟੀ ਦੇ ਜੁੱਤੇ ਨਹੀਂ ਵਿਕਣਗੇ 1 ਜੁਲਾਈ 2023 ਤੋਂ ਭਾਰਤ ਵਿੱਚ ਘਟਿਆ ਕੁਆਲਿਟੀ ਦੇ ਜੁੱਤਿਆਂ ਦੀ ਨਿਰਮਾਣ ਤੇ ਵਿਕਰੀ ਤੇ ਵੀ ਪਾਬੰਦੀ ਲਗਾਈ ਜਾਵੇਗੀ ਵੇਸ਼ ਬਾਬਾਪਾਰ ਸੰਗਠਨ ਦੇ ਨਿਯਮਾਂ ਦੇ ਪਾਲਣਾ ਕਰਦੇ ਹੋਏ ਕੇਂਦਰ ਸਰਕਾਰ ਨੇ ਫਟ ویئر ਯੂਨਿਟਸ ਨੂੰ ਕੁਆਲਿਟੀ ਕੰਟਰੋਲ ਅੌਰਡਰ ਲਾਗੂ ਕਰਨ ਦੇ ਆਦੇਸ਼ ਅਧਿਧਿਾਨ 27 ਫੁੱਟਵੀਅਰ ਉਤਪਾਦਾਂ ਨੂੰ QCO ਦੇ ਦਾਇਰੇ ਵਿੱਚ ਸ਼ਾਮਲ ਕੀਤਾ ਗਿਆ ਹੈ 1 ਜੁਲਾਈ 2023 ਤੋਂ ਲੱਗੇਗਾ 20% TCS ਜੇਕਰ ਤੁਸੀਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ TCS ਦੇ ਨਾਲ ਜੁੜੇ ਐਸਾ ਨਿਯਮ ਨੂੰ ਸਮਝਣਾ ਚਾਹੀਦਾ ਜੇਕਰ ਤੁਸੀਂ ਘਰੇਲੂ ਟ੍ਰੈਵਲ ਏਜੰਟਾਂ ਜਾਂ ਆਨਲਾਈਨ ਪੋਰਟਲ ਦੇ ਰਾਹੀਂ ਵਦੇਸ਼ੀ ਟੂਰ ਆਬਕ ਕਰਦੇ ਹੋਂ ਤਾਂ ਤੁਹਾਨੂੰ TCS ਦੇ ਮੋٹے ਰਕਮ ਅਦਾ ਕਰਨੀ ਪੈ ਸਕਦੀ ਹੈ ਦੂਜੇ ਪਾਸੇ ਜੇਕਰ ਤੁਸੀਂ ਅੰਤਰਰਾਸ਼ਟਰੀ ਵੈਬਸਾਈਟ ਦੇ ਰਾਹੀਂ ਪੇਸ਼ ਕੀਤੇ ਟੂਰ ਪੈਕੇਜ ਦੇ ਲਈ ਅੰਤਰਰਾਸ਼ਟਰੀ ਡੈਬਿਟ ਅਤੇ ਕ੍ਰੈਡਿਟ ਕਾਰਡ ਅੰਦਰ ਹੀ ਭੁਗਤਾਨ ਕਰਦੇ ਹੋਂ ਤਾਂ ਕੋਈ TCS ਨਹੀਂ ਹੋਵੇਗਾ ਜੇਕਰ ਭੁਗਤਾਨ 7 ਲੱਖ ਰੁਪਏ ਦੀ ਲਿਮਟ ਦੇ ਅੰਦਰ ਹੈ ਘਾਟੇਗੇ ਇਲੈਕਟ੍ਰੋਨਿਕ ਸਮਾਨ ਦੀ ਕੀਮਤ 1 ਜੁਲਾਈ 2023 ਤੋਂ ਮੋਬਾਈਲ ਕੰਪਿਊਟਰ ਲੈਪਟਾਪ ਵਰਗੇ ਕਈ ਇਲੈਕਟ੍ਰੋਨਿਕ ਸਮਾਨ ਦੀਆਂ ਕੀਮਤਾਂ ਘਟਾਈਆਂ ਜਾ ਸਕਦੀਆਂ ਹਨ ਦਰਸਾਲ ਕਈ ਇਲੈਕਟ੍ਰੋਨਿਕ ਉਤਪਾਦਾਂ ਤੇ ਉਹਨਾਂ ਦੇ ਸਪੇਅਰ ਪਾਰਟਸ ਦੀਆਂ ਕੀਮਤਾਂ ਵਿੱਚ ਕਾਫੀ ਕਮੀ ਆਈ ਹੈ ਸੈਮੀ ਕੰਡਕਟਰ ਅਤੇ ਕੈਮਰਾ ਮਾਡਲ ਸਮੇਤ ਸਾਰੇ ਸਮਾਰਟਫੋਨ ਕੰਪੋਨੈਂਟਸ ਦੀਆਂ ਕੀਮਤਾਂ ਵਿੱਚ ਗ੍ਰਾਵਟ ਕਾਰਨ ਮੋਬਾਈਲ ਟੀਵੀ ਫਰਜ ਆਦਿ ਦੀਆਂ ਕੀਮਤਾਂ ਹੇਠਾਂ ਆ ਸਕਦੀਆਂ ਹਨ ਪਿੱਛੇ ਬੈਟਣ ਵਾਲਿਆਂ ਦੇ ਲਈ ਵੀ ਸੀਟ ਬੈਲਟ ਜ਼ਰੂਰੀ ਹੋਣਾ ਨਵਾਂ ਰੱਪ ਦਾ ਨਜਮਾ ਮਹਾਰਾਸ਼ਟਰ ਤੇ ਖਾਸ ਕਰਕੇ ਮੁੰਬਈ ਦੇ ਵਿੱਚ ਲਾਗ ਹੋਣ ਜਾ ਰਿਹਾ 1 ਜੁਲਾਈ ਤੋਂ 4 ਪਹੀਆ ਵਾਹਣਾ ਦੇ ਪਿਛਲੇ ਸੀਟ ਤੇ ਬੈਠਣਾ ਵਾਲਿਆਂ ਦੇ ਲਈ ਵੀ ਸੀਟਾ ਬੈਲਟ ਲਾਜ਼ਮੀ ਕਰ ਦਿੱਤੀ ਗਈ ਹੈ ਨਵੇਂ ਨਜਮਾ ਮਹਾਰਾਸ਼ਟਰ ਦੇ ਵਿੱਚ 1 ਜੁਲਾਈ 2023 ਤੋਂ ਲਾਗ ਹੋਣਗੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਬਦਲਾ ਹਰ ਮਹੀਨੇ ਦੀ ਤਰ੍ਹਾਂ 1 ਜੁਲਾਈ ਨੂੰ ਸਰਕਾਰੀ ਤੇਲ ਕੰਪਨੀਆਂਾਂ ਰਸੋਈ ਗੈਸ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਕਰ ਸਕਦੇ ਹਨ ਇੱਕ ਜੂਨੋ ਐਲਪੀਜੀ ਗੈਸ ਸਿਲੰਡਰਾਂ ਵੇਚਣ ਵਾਲੀਆਂ ਪੈਟਰੋਲੀਅਮ ਕੰਪਨੀਆਂ ਨੇ ਐਲਪੀਜੀ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਕੀਤਾ ਸੀ ਹੁਣ ਇੱਕ ਵਾਰ ਫਿਰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੋਹਾਲੀ ਇੰਟਰਨੈਸ਼ਨਲ 에ਅਰਪੋਰਟ ਨੂੰ ਪੰਜਾਬੀ ਬਰਾਸਤ ਨਾਲ ਜੋੜਨ ਦੀ ਤਿਆਰੀ ਹੋਣਗੇ ਨਵੇਂ ਬਦਲਾ ਤਾਂ ਦੋਸਤੋਂ ਪੰਜਾਬ ਸਰਕਾਰ ਨੇ ਚੰਡੀਗੜ੍ਹ ਹਵਾਈ ਅਡੇ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਰੱਖ ਕੇ ਨੌਏ ਬਾਨਾ ਪੀੜੇ ਨੂੰ ਪੰਜਾਬ ਦੇ ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ 28 ਸਤੰਬਰ 2022 ਨੂੰ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਰੱਖਿਆ ਗਿਆ ਸੀ ਇਸ ਨਵੇਂ ਨਾਮ ਦੇ ਪਹਿਲੇ ਵਰੇਗਾਂਡ ਤੋਂ ਪਹਿਲਾਂ ਸਰਕਾਰ ਹੁਣ ਇੱਥੇ ਨੌਏ ਬਾਨ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੀਵਨ ਬਾਰੇ ਜਾਣੂ ਕਰਵਾਉਂਦੇ ਯੋਜਨਾ ਬਣਾਈ ਗਈ ਹੈ ਇਹਦੇ ਲਈ ਲਗਭਗ 6.5 ਕਰੋੜ ਰੁਪਏ ਖਰਚਣ ਦੀ ਯੋਜਨਾ ਹੈ ਸਰਕਾਰ ਉੱਤੇ ਨਿਸ਼ਾਨ ਇਹ ਇਨਕਲਾਬ ਪਲਾਜਾ ਬਣਾਉਣ ਜਾ ਰਹੀ ਹੈ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵਧੀਆ ਦੇਖਾ ਦੇਣ ਦੇ ਲਈ ਸਰਕਾਰ ਨੇ ਇੱਥੇ ਕਈ ਚੰਗੀਆਂ ਸਹੂਲਤਾਂ ਦੇਣ ਦੇ ਲਈ 에ਰਪੋਰਟ ਰੋਡ ਤੇ ਵੀ ਕਾਫੀ ਪੈਸਾ ਖਰਚ ਕੀਤਾ ਹੈ ਤੇ ਇਸ ਸੜਕ ਤੇ ਸਰਕਾਰ ਦੇ ਵੱਲੋਂ ਲਗਾਏ ਗਏ ਪੌਦਿਆਂ ਤੇ ਚੌੜੀ ਸੜਕਾ ਵੇਖ ਤਾਂ ਇੰਜ ਲੱਗਦਾ ਹੈ ਕਿ ਲੋਕ ਆਪਦੇਸ਼ ਦੇ ਵਿੱਚ ਆ ਗਏ ਹਨ ਆਗਲੇ ਖਬਰ ਆਪ ਆਗੂ ਨੇ ਨਗਮਾ ਚੋਣਾਂ ਸੰਬੰਧੀ ਮੱਖ ਮੰਤਰੀ ਨੂੰ ਦਿੱਤਾ ਇਹ ਸੁਝਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਨੂੰ ਸੁਝਾਅ ਦਿੱਤਾ ਹੈ ਕਿ ਨਗਮਾ ਚੋਣਾਂ ਦੋ ਪੜਾਵਾਂ ਦੇ ਵਿੱਚ ਕਰਵਾਈਆਂ ਜਾਣ ਇੱਕ ਪੜਾਅ ਤੋਂ ਬਾਅਦ ਦੂਜਾ ਪੜਾਅ 15 ਤੋਂ 20 ਦਿਨਾਂ ਬਾਅਦ ਕਰਵਾਈਆਂ ਜਾਣ ਆਪ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਮੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸੁਝਾਅ ਤੇ ਵੀ ਵਿਚਾਰ ਕਰ ਰਹੇ ਹਨ ਪਰ ਆਉਣ ਵਾਲੇ ਸਮੇਂ ਦੇ ਵਿੱਚ ਆ ਅੰਤਮ ਫੈਸਲਾ ਲੈਣਗੇ ਨਗਮਾ ਚੂਣਾ ਦੋ ਗੇੜਾਂ ਦੇ ਵਿੱਚ ਆ ਕਰਵਾਉਂਦੇ ਦਲੇਲ ਦਿਨ ਵਾਲੇ ਆਗੂਆਂ ਦਾ ਮੰਨਣਾ ਹੈ ਕਿ ਇਸ ਦੇ ਨਾਲ ਆਮ ਆਦਮੀ ਪਾਰਟੀ ਚੋਣਾਂ ਲੜਾਈ ਜ਼ੋਰਦਾਰ ਟੰਗ ਦੇ ਨਾਲ ਲੜ ਸਕੇਗੀ ਨਹੀਂ ਤਾਂ ਜੇਕਰ ਇੱਕ ਪੜਾ ਦੇ ਵਿੱਚ ਚੂਣਾ ਹੁੰਦੀਆਂ ਹਨ ਤਾਂ ਇਸ ਨੂੰ ਸਾਰੇ ਸਰਦ ਵਿੱਚ ਪੂਰਾ ਜੋਰਾ ਲਗਾਉਣਾ ਪਵੇਗਾ ਉਹਨਾਂ ਨੇ ਅੱਗੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕਾਝ ਬੇਰਬੇ ਜਾਰੀ ਕੀਤੇ ਜਾ ਸਕਦੇ ਹਨ। ਅਗਲੀ ਖਬਰ ਸਿੱਖ ਗੁਰਦੁਆਰਾ ਸੋਦਾਬੈਲ ਮਨਜ਼ੂਰੀ ਲਈ ਰਾਏਪਾਲ ਕੂੜਾ ਭੇਜਿਆ। ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਦੋ ਰੋਜਾ ਵਿਸ਼ੇਸ਼ ਸੈਸ਼ਨ ਵਿੱਚ ਪਾਸ ਕੀਤੇ ਗਏ ਅਹਿਮ ਬੈਲ ਰਾਏਪਾਲ ਕੂਲ ਪਰ ਬਣਗੀ ਦੇ ਲਈ ਭੇਜ ਦਿੱਤੇ ਗਏ ਹਨ। ਜਾਣਕਾਰ ਦੇ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਬੈਚ ਇਸ ਵਾਰ 4 ਬੈਲ ਪਾਸ ਕੀਤੇ ਗਿਆਨ ਜਿਨ੍ਹਾਂ ਦੇ ਵਿੱਚੋਂ ਦੋ ਬੈਲ ਰਾਜਪਾਲ ਦੇ ਕੋਲ ਆ ਪ੍ਰਵਾਨਗੀ ਦੇ ਲਈ ਭੇਜੇ ਗਏ ਹਨ ਸੂਤਰਾਂ ਦੇ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਵੱਲੋਂ ਪਾਸ ਕੀਤੇ ਸੈਕਾ ਗੁਰਦੁਆਰਾ ਸੋਧ ਬੈਲ ਅਤੇ ਪੰਜਾਬ ਪੁਲਿਸ ਸੋਧ ਬੈਲ 2023 ਨੂੰ ਰਾਜਪਾਲ ਦੇ ਕੋਲ ਆ ਮਨਜ਼ੂਰੀ ਦੇ ਲਈ ਭੇਜ ਦਿੱਤਾ ਗਿਆ ਹੈ ਇਨ੍ਹਾਂ ਬਿਲਾਂ ਦੇ ਵਿੱਚੋਂ ਸੈਕਾ ਗੁਰਦੁਆਰਾ ਸੋਧ ਬੈਲ ਨੂੰ ਲੈ ਕੇ ਸੂਬੇ ਦੇ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਪਾਕੀ ਹੋਈ ਹੈ ਆਗਲੇ ਖਬਰਾਂ ਜੇ ਨਾ ਮੰਨੇ ਇਹ ਸ਼ਰਤ ਤਾਂ ਨਹੀਂ ਵੇਚ ਸਕੋਗੇ ਸੁਨੇ ਦੇ ਗਹਿਣੇ ਜਾਣੋ ਕੀ ਹਨ ਨਵੇਂ ਨਿਯਮਾ 1 ਅਪ੍ਰੈਲ ਤੋਂ ਸਰਕਾਰ ਨੇ ਗਾਕਾਂ ਨੂੰ ਧੋਖਾਧੜੀ ਤੋਂ ਬਚਾਉਣ ਦੇ ਨਾਲ-ਨਾਲ ਸੁਨੇ ਦੀਆਂ ਵਸਤੂਆਂ ਅਤੇ ਗਹਿਣਿਆਂ ਦੀ ਵਿਕਰੀ ਦੇ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਨਵੇਂ ਨਿਯਮਾ ਪੇਸ਼ ਕੀਤੇ ਸਨ ਇਹ ਨਿਯਮਾ ਸਾਰੇ ਸੁਨੇ ਦੇ ਗਹਿਣਿਆਂ ਦੇ ਲਈ ਹਾਲਮਾਰਕ ਯੂਨੀਕ ਆਡੈਂਟੀਫਿਕੇਸ਼ਨ ਨੰਬਰ ਰੱਖਣਾ ਲਾਜ਼ਮੀ ਬਣਾਉਂਦੇ ਹਨ ਐਚ ਯੂ ਆਈ ਡੀ ਸਿਸਟਮ ਹਰੇਕ ਸੋਨੇ ਦੇ ਟੁਕੜੇ ਨੂੰ ਇੱਕ ਬਲਕਣ ਪਛਾਣ ਨੰਬਰ ਪ੍ਰਦਾਨ ਕਰਦਾ ਹੈ ਇਹ ਭਰੋਸਾ ਦਿਵਾਉਂਦਾ ਹੈ ਕਿ ਸੋਨੇ ਦੇ ਗਹਿਣੇ ਜਾਂ ਵਸਤੂ ਵਾਦਾ ਕੀਤੇ ਗਏ ਸੋਨੇ ਦੇ ਸ਼ੁੱਧਤਾ ਨੂੰ ਪੂਰਾ ਕਰਦੇ ਹਨ ਇਸ ਤੋਂ ਇਲਾਵਾ ਸੋਨੇ ਦੀਆਂ ਵਸਤੂਆਂ ਤੇ ਸ਼ੁੱਧਤਾ ਦਾ ਚੈਨ ਹੋਣਾ ਚਾਹੀਦਾ ਹੈ ਜਿਵੇਂ ਕਿ ਬਿਊਰੋ ਆਫ ਇੰਡੀਅਨ ਸਟੈਂਡਰਡਸ ਦਾ ਲੋਗੋ ਅਤੇ 22 ਕੈਰਟ ਗੁਣਵੱਤਾ ਵਾਲਾ ਹੋਣਾ ਚਾਹੀਦਾ ਤੇ ਇਹ ਹੋਲੋਗ੍ਰਾਮ ਅਤੇ ਚੈਨ ਨਾ ਹੁਣ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੂਣਾ ਬਿਲਕੁਲ ਵੀ ਵੇਚ ਜਾਂ ਖਰੀਦ ਨਹੀਂ ਸਕੋਗੇ। ਅਗਲੀ ਖਬਰ ਹੈ ਮੜਾਈਮਾ ਤੇ ਪੈਨਸ਼ਨਰਾਂ ਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਹੋਵੇਗਾ ਕੈਸ਼ਲੈਸ਼ ਇਲਾਜ। ਪੀਜੀਆਈ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਸਿਹਤ ਯੋਜਨਾ ਦੇ ਤਹਿਤ ਮੜਾਈਮਾ ਤੇ ਪੈਨਸ਼ਨਰਾਂ ਲਾਪਾਤਰੀਆਂ ਨੂੰ ਕੈਸ਼ਲੈਸ਼ ਇਲਾਜ ਦੀ ਸਹੂਲਤਾਂ ਮਿਲਣਗੀਆਂ ਇਸ ਤੋਂ ਇਲਾਵਾ ਹੋਰ ਸਹਸਤਾ ਮਾਦੇ ਬੈਚ ਚ ਵੀ ਇਹ ਸਹੂਲਤਾ ਮਿਲਣਗੀਆਂ ਜਿਨ੍ਹਾਂ ਦੇ ਵਿੱਚ ਏਮ ਜੈਦਲ ਅਤੇ ਪੌਂਡੇਚੇਰੀ ਸਥਥ ਜੀ ਆਈ ਪੀ ਐਮ ای ਆਰ ਸ਼ਾਮਲ ਹਨ